ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਚੋਰਾਂ ਨੇ ਠੱਗਾਂ ਨੇ ਲੁਟੇਰਿਆਂ ਨੇ ਪੰਜਾਬ ਨੂੰ ਲੁੱਟ ਰੱਖਿਆ ਸੀ, ਬੇਸ਼ੱਕ ਉਹ ਆਮ ਆਦਮੀ ਪਾਰਟੀ ਨੇ ਕਰਤਾ, ਬੇਸ਼ੱਕ ਉਹ ਜਨਤਾ ਨੇ ਕਰਤਾ, ਪੰਜਾਬ ਦੀ ਜਨਤਾ ਉੱਠ ਖੜੀ ਹੋਈ ਤੇ ਇਹਨਾਂ ਨੂੰ ਇਹਨਾਂ ਦਾ ਸਫਾਇਆ ਕਰਤਾ। ਮੇਰੇ ਮਨ ਨੂੰ ਮੇਰੀ ਜਿੱਤ ਤੋਂ ਵੀ ਵੱਡਾ ਇਹ ਸਕੂਨ ਹੈ ਕਿ ਬਾਦਲਾਂ ਦਾ ਮੁਕੰਮਲ ਸਫਾਇਆ ਪੰਜਾਬ ਦੇ ਵਿੱਚ। ਹਰ ਉਸ ਵਿਅਕਤੀ ਦੀ ਜਿੱਤ ਹੈ ਜਿਹੜਾ ਮੈਨੂੰ ਪਿਆਰ ਕਰਦਾ ਹੈ। ਮੈਂ ਸਮਝਦਾ ਕਿ ਮੈਂ ਗਿੱਦੜਬਾ ਦੀ ਜਨਤਾ ਦਾ, ਗਿੱਦੜਬਾ ਦੇ ਲੋਕਾਂ ਦਾ ਮੈਂ ਸਾਰੀ ਉਮਰ ਦੇਣਾ ਨਹੀਂ ਦੇ ਸਕਦਾ। ਆ ਤੀਜੀ ਵਾਰੀ ਜਿਹੜਾ ਫਤਵਾ ਦਿੱਤਾ ਹੈ, ਇਸ ਗੜ੍ਹ 'ਚੋਂ ਫਤਵਾ ਦਿੱਤਾ ਜਿੱਥੇ ਸੁਨਾਮੀ ਹੈ, ਉੱਥੋਂ ਲੈ ਕੇ ਸੰਗਰੂਰ ਪਟਿਆਲਾ ਤੋਂ ਰਹਿ ਕੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਹਰੀ ਰੁੜ ਗਏ, ਉੱਥੋਂ ਲੈ ਕੇ ਮੈਂ ਸਮਝਦਾ ਕਿ ਸ਼ਾਇਦ ਕਿਤੇ ਨਾ ਕਿਤੇ ਲੋਕ ਕਾਰਸ਼ਾਲੀ ਕੰਮ ਨੂੰ ਪਸੰਦ ਕਰਦੇ ਆ, ਸੱਚੀ ਗੱਲ ਨੂੰ ਲੋਕ ਚਾਹੁੰਦੇ ਨੇ। ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਾਲੀ ਦਲ ਦੇ ਡਿੰਪੀ ਢਿੱਲੋਂ ਨੂੰ ਹਰਾ ਕੇ ਜੇਤੂ ਰਹੀ ਹੈ। ਹਾਲਾਂਕਿ ਕਾਂਗਰਸ ਪਾਰਟੀ ਨੇ 2022 ਦੀਆਂ ਚੋਣਾਂ ਦੇ ਵਿੱਚ ਹਾਰ ਹਾਸਲ ਕੀਤੀ ਹੈ, ਪਰ ਕਾਂਗਰਸ ਦੇ ਉਮੀਦਵਾਰ ਜੋ ਕਿ ਗਿੱਦੜਬਾਹਾ ਤੋਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਡਿੰਪੀ ਢਿੱਲੋਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ ਅਤੇ ਲੋਕਾਂ ਦੇ ਵਿੱਚ ਆਪਣੀ ਥਾਂ ਬਣਾਈ ਹੈ। ਦੱਸ ਦਈਏ ਕਿ ਰਾਜਾ ਵੜਿੰਗ ਨੂੰ 50,433, ਅਕਾਲੀ ਦਲ ਦੇ ਡਿੰਪੀ ਢਿੱਲੋਂ ਨੂੰ 49,063 ਅਤੇ ਆਮ ਆਦਮੀ ਪਾਰਟੀ ਦੇ ਪ੍ਰਿਤਪਾਲ ਸ਼ਰਮਾ ਨੂੰ 38,356 ਵੋਟਾਂ ਹਾਸਲ ਹੋਈਆਂ। ਉੱਥੇ ਹੀ ਆਪਣੀ ਜਿੱਤ ਹਾਸਲ ਕਰਨ ਤੋਂ ਬਾਅਦ ਗਿੱਦੜਬਾਹਾ ਦੇ ਵਿੱਚ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਹਨਾਂ ਵੱਲੋਂ ਹੋਲੀ ਮਨਾ ਕੇ ਰੰਗਾਂ ਦੇ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ ਗਈ ਹੈ। ਇਹ ਮੇਰੀ ਜਿੱਤ ਨਹੀਂ ਜੀ, ਇਹ ਗਿੱਦੜਬਾਹਾ ਦੇ ਲੋਕਾਂ ਦੀ ਜਿੱਤ ਹੈ, ਇਹਨਾਂ ਮੇਰੇ ਭਰਾਵਾਂ ਦੀ ਜਿੱਤ ਆ ਖੜੇ ਹੈ ਤਮਾਮ ਲੋਕ। ਹਰ ਉਸ ਵਿਅਕਤੀ ਦੀ ਜਿੱਤ ਹੈ ਜਿਹੜਾ ਮੈਨੂੰ ਪਿਆਰ ਕਰਦਾ ਹੈ। ਤੀਜੀ ਵਾਰੀ ਜਿੱਤਣਾ ਬੜਾ ਵੱਡਾ ਚੈਲੇਂਜ ਹੁੰਦਾ ਹੈ ਇੱਕ ਆਮ ਵਿਅਕਤੀ ਵਾਸਤੇ, ਔਰ ਐਡੀ ਵੱਡੀ ਸੁਨਾਮੀ ਦੇ ਵਿੱਚ ਜਿੱਥੇ ਸਾਰੇ ਬਾਦਲ ਰੁੜ ਗਏ, ਉੱਥੇ ਇਸ ਤਰ੍ਹਾਂ ਦੀ ਜਿੱਤ ਜਦੋਂ ਉਹਨਾਂ ਨੇ ਇਕੱਠੇ ਹੋ ਕੇ ਸਾਰਾ ਇਸ ਸੀਟ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ, ਮੈਂ ਸਮਝਦਾ ਕਿ ਮੈਂ ਗਿੱਦੜਬਾਹਾ ਦੀ ਜਨਤਾ ਦਾ, ਗਿੱਦੜਬਾਹਾ ਦੇ ਲੋਕਾਂ ਦਾ ਮੈਂ ਸਾਰੀ ਉਮਰ ਦੇਣਾ ਨਹੀਂ ਦੇ ਸਕਦਾ। ਹਾਂ, ਹੌਟ ਸੀਟ ਇਸ ਕਰਕੇ ਮੰਗਣੀ ਜਾਂਦੀ ਸੀ ਕਿ ਸਾਰੇ ਬਾਦਲਾਂ ਦੀਆਂ ਨਜ਼ਰਾਂ ਇੱਥੇ ਸਨ। ਅੱਜ ਮੇਰੀ ਬੇਸ਼ੱਕ ਮੈਨੂੰ ਇਸ ਗੱਲ ਦੀ ਤਾਂ ਥੋੜ੍ਹੇ ਮਨ ਦੇ ਵਿੱਚ ਹੈ ਕਿ ਸਾਡੀ ਪਾਰਟੀ ਸਰਕਾਰ ਦੇ ਵਿੱਚ ਨਹੀਂ ਆਈ, ਓਪੋਜੀਸ਼ਨ 'ਚ ਹੈ, ਲੇਕਿਨ ਮੈਨੂੰ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਜੋ ਮੇਰੇ ਮਨ ਦੀ ਇੱਛਾ ਸੀ ਕਿ ਜੋ ਪਰਿਵਾਰ ਰਲ ਕੇ ਚੁਣਾਵ ਲੜਦੇ ਨੇ, ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਅੱਜ ਉਹ ਸਤਿਕਾਰਯੋਗ ਤਮਾਮ ਪਰਿਵਾਰ ਦੇ ਲੋਕ, ਸਾਰਾ ਕੋੜਮਾ ਬਾਦਲ ਦਾ ਸਾਰਾ ਕੋੜਮਾ ਅੱਜ ਸਾਰੇ, ਸਾਰਾ ਮਨਪ੍ਰੀਤ ਤੋਂ ਲੈ ਕੇ ਸੁਖਬੀਰ, ਚਲੋ ਵੱਡੇ ਬਾਦਲ ਸਾਹਿਬ ਦੀ ਉਮਰ ਮੈਂ ਸਮਝਦਾ ਕਿ ਇਹਨਾਂ ਨੇ ਜਾਂਦੀ ਵਾਰੀ ਉਹਨਾਂ 'ਤੇ ਉਹਨਾਂ ਨੂੰ ਲੜਨਾ ਨਹੀਂ ਚਾਹੀਦਾ ਸੀ। ਹਾਂ ਬਿਲਕੁਲ, ਮੈਂ ਕਿਹਾ ਸੀ ਜਾਂਦੀ ਵਾਰੀ ਇਸ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਹਾਰਨਗੇ, ਉੱਧਰੋਂ ਉਹ ਪੱਟੀ ਤੋਂ ਮਜੀਠਾ ਤਮਾਮ ਲੋਕ, ਇਹ ਸਫਾਇਆ ਹੋ ਗਿਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਚੋਰਾਂ ਨੇ ਠੱਗਾਂ ਨੇ ਲੁਟੇਰਿਆਂ ਨੇ ਪੰਜਾਬ ਨੂੰ ਲੁੱਟ ਰੱਖਿਆ ਸੀ, ਬੇਸ਼ੱਕ ਉਹ ਆਮ ਆਦਮੀ ਪਾਰਟੀ ਨੇ ਕਰਤਾ, ਬੇਸ਼ੱਕ ਉਹ ਜਨਤਾ ਨੇ ਕਰਤਾ, ਪੰਜਾਬ ਦੀ ਜਨਤਾ ਉੱਠ ਖੜੀ ਹੋਈ ਤੇ ਇਹਨਾਂ ਨੂੰ ਇਹਨਾਂ ਦਾ ਸਫਾਇਆ ਕਰਤਾ। ਮੇਰੇ ਮਨ ਨੂੰ ਮੇਰੀ ਜਿੱਤ ਤੋਂ ਵੀ ਵੱਡਾ ਇਹ ਸਕੂਨ ਹੈ ਕਿ ਬਾਦਲਾਂ ਦਾ ਮੁਕੰਮਲ ਸਫਾਇਆ ਪੰਜਾਬ ਦੇ ਵਿੱਚ। ਇਕੱਲੇ ਇੱਕ ਪਾਰਟੀ ਪ੍ਰਧਾਨ ਨੂੰ ਲੈ ਕੇ ਬਾਕੀ ਸਾਰੇ ਹਾਰੇ ਨੇ, ਚਾਹੇ ਉਹ ਨਵਜੋਤ ਸਿੱਧੂ ਨੇ ਚਾਹੇ ਸੁਖਬੀਰ ਬਾਦਲ ਨੇ, ਇਕੱਲੇ ਭਗਵੰਤ ਮਾਨ ਦਿੱਤੇ ਨੇ, ਕੀ ਦੇਖਦੇ ਹੋ ਪੰਜਾਬ ਦੇ ਲੋਕਾਂ ਦਾ? ਕਿਹੋ ਦੇਖੋ ਜੀ, ਪੰਜਾਬ ਦੇ ਲੋਕਾਂ ਦਾ ਫਤਵਾ ਸਿਰ ਮੱਥੇ, ਜਿੱਥੇ ਜਿੱਥੇ ਸਾਥੋਂ ਗਲਤੀਆਂ ਰਹੀਆਂ, ਮੈਨੂੰ ਲੱਗਦਾ ਕਿ ਕਾਫੀ ਕਮੀਆਂ ਰਹੀਆਂ ਸਾਡੇ ਤੋਂ, ਉਹਨਾਂ ਨੂੰ ਵਿਚਾਰਨ ਦੀ ਲੋੜ ਹੈ, ਉਹਨਾਂ 'ਤੇ ਗੌਰ ਫਰਮਾਉਣ ਦੀ ਲੋੜ ਹੈ ਕਿ ਕੀ ਕਮੀਆਂ ਰਹੀਆਂ, ਪੰਜਾਬ ਦੇ ਲੋਕ ਚਾਹੁੰਦੇ ਕੀ ਸਨ। ਪੰਜਾਬ ਦੇ ਲੋਕ ਇਹ ਚਾਹੁੰਦੇ ਸਨ ਕਿ ਡਿਸਿਪਲਿਨ ਕਾਇਮ ਹੋਵੇ, ਇੱਕ ਗੱਲ ਕਰਨ ਸਭ ਲੋਕ ਵੱਖ ਵੱਖ ਗੱਲਾਂ ਦਾ। ਮੇਰੇ ਖਿਆਲ ਇਹ ਤਮਾਮ ਗੱਲਾਂ ਰਹੀਆਂ ਪਾਰਟੀ ਦੇ ਵਿੱਚ ਆਪਸ ਵਿੱਚ ਮਤਭੇਦ, ਇਹਨਾਂ ਨੇ ਅੱਜ ਪਾਰਟੀ ਨੂੰ ਇਹ ਹਾਰ ਦਾ ਮੂੰਹ ਦੇਖਣਾ ਪਿਆ। ਬਟ ਕੋਈ ਗੱਲ ਨਹੀਂ, ਜਿਹੜਾ ਬੰਦਾ ਡਿੱਗਦਾ ਨਹੀਂ ਉਹ ਸਵਾਰ ਨਹੀਂ ਹੁੰਦਾ। ਡਿੱਗ ਡਿੱਗ ਕੇ ਕੰਮ ਚਾਹੁੰਦੇ ਨੇ ਲੋਕ, ਜਿਹੋ ਜਿਹੇ ਕੰਮ ਤੁਸੀਂ ਕੀਤੇ ਕੈਬਨਿਟ 'ਚ, ਉਹ ਕਹਿੰਦੇ ਉਦੋਂ ਕੈਬਨਿਟ 'ਚ ਕੋਈ ਦਿਖਦਾ ਨਹੀਂ ਸੀ। ਹੋਰ
देखो रिनी जी, मैं ये नहीं कह सकता मैं आपकी वड्याई करी जावा, पर परमात्मा ने तीजी बारी जिहड़ा फतवा दिता है, इस गढ़ चो फतवा दिता है जिथे सुनामी है उत्थों लैके संगरूर पटियाला तो रह के जिथे कैप्टन अमरिंदर सिंह हरी रुड़ गए उत्थों लैके, मैं समझदा कि शायद किते ना किते लोग कारशाली काम नूं पसंद करते हैं, सच्ची गल नूं लोग चाहते हैं। एक ट्रांसपोर्ट मंत्री दूसरे ट्रांसपोर्ट मंत्री आने वालों किस तरह देखते हैं, की होना चाहिए, किस तरह रहे तो बिल्कुल मैं उन्होंने बधाई देवांगा जो भी ट्रांसपोर्ट मंत्री बन गए, और उन्होंने कहांगा कि हजे भी जेडे मेरे तो काम रह गए मैं उम्मीद करांगा कि आने वाला ट्रांसपोर्ट मंत्री उन्होंने पूरी नकेल कस के उन्होंने 100% राय दी नहीं, कोई मंगेगा नहीं मंगेगा जाके देऊंगा। विरोधी धड़ च भूमिका बिल्कुल, जिथे कांग्रेस पार्टी जिम्मेदारी देगी भूमिका तो हमेशा ही राजे वड़िंग ने आपदे आप नूं हमेशा विखदा रहा कि ना कि चाहे विरोधी की भूमिका हो चाहे आम व्यक्ति हो, पर थोनू राजा वड़िंग वेखन जरूर मिले। दस दी कि राजा वड़िंग 1380 वोटा दे नाल जेतू रही है अते शुरुआती रुझाना दे विच अकाली उम्मीदवार अगे चल रही सी, पर अंत दे विच राजा वड़िंग जेतू बन गई अते गिद्दड़ पाहा दे विच अपना राज कायम कर लिया। ब्यूरो रिपोर्ट D5 चैनल पंजाबी। D5 चैनल पंजाबी हुणे सबस्क्राइब करो, बैल आइकन ते क्लिक करो। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार.com।